ਤੋ ਤੁਸੀਂ ਜਿੰਨੇ ਵੀ ਹੋ ਬਹੁਤ ਸਪੈਸ਼ਲ ਹੋ ਕਿਉਂਕਿ ਉਹਦਾ ਇੱਕ ਕਾਰਨ ਹੈ ਬਹੁਤ ਵੱਡਾ ਬਹੁਤ ਧਿਆਨ ਨਾਲ ਸੁਣਨਾ ਕਿਉਂ ਗੁਰੂ ਅਰਜਨ ਦੇਵ ਜੀ ਸੁਖਮਣੀ ਸਾਹਿਬ ਦੇ ਵਿੱਚ ਨਾ ਇੱਕ ਗੱਲ ਸਮਝਾਉਂਦੇ ਆ ਕਲੀਅਰਲੀ ਉਹ ਕਹਿੰਦੇ ਆ ਸੇ ਸਿਮਰਹਿ ਜਿਨ ਆਪ ਸਿਮਰਾਇ ਉਹੀ ਦੁਨੀਆ ਤੇ ਮਨੁੱਖ ਉਹਦਾ ਧਿਆਨ ਕਰ ਸਕਦਾ ਜੀ ਤੋ ਉਹਨੇ ਕਰਵਾਉਣਾ ਹੈ ਬਾਕੀ ਦੁਨੀਆ ਲਈ ਤਾਂ ਦੁਨੀਆਦਾਰੀ ਬਹੁਤ ਛੱਡੀ ਹੋਈ ਆ ਉਹਨੇ ਜੇ ਤੁਸੀਂ ਧਿਆਨ ਚ ਬਹਿਣ ਲੱਗ ਗਏ ਤਾਂ ਤੁਸੀਂ ਲਿਖ ਕੇ ਲੈ ਲਓ that your file is open ਪ੍ਰਮਾਤਮਾ ਨੇ ਤੁਹਾਨੂੰ ਚੈਕਲਿਸਟ ਦੇ ਵਿੱਚ ਟਿਕ ਮਾਰਤਾ ਵੀ ਇਹ ਫਲਾਣੇ ਫਲਾਣਿਆਂ ਤੋਂ ਆਪਾਂ ਨਾਮ ਸੇਵਾ ਲੈਣੀ ਹੈ ਕਿਉਂਕਿ ਉਹਨੇ ਮਿਲਣਨਾ ਹੀ ਤੁਹਾਨੂੰ ਉਹਦੇ ਵਿੱਚ ਹੈ ਕਿਉਂਕਿ ਦੇਖੋ ਮੈਂ ਸਪਿਰਚੁਅਲ ਲੈਸਨਸ ਦਿੰਨਾ 1233 ਸਟੂਡੈਂਟਸ ਨੇ ਥਰੂਆਊਟ ਦੀ ਵਰਲਡ ਮੇਰੇ ਭਾਵੇਂ ਨਿਊਜ਼ੀਲੈਂਡ ਲੈ ਲਓ ਇੰਗਲੈਂਡ ਲੈ ਲਓ ਅਮਰੀਕਾ ਲੈ ਲਓ ਜਿਹੜੇ ਸਿਰਫ ਧਿਆਨ ਦੇ ਉੱਤੇ ਲੈਸਨਸ ਲੈਂਦੇ ਨੇ ਤੇ ਉਹ ਬੰਦੇ ਨੇ ਉਹ ਉਹ ਦੁਨੀਆਦਾਰੀ ਵਾਲੇ ਬੰਦੇ ਨੇ ਜਿਹੜੇ ਜਿਹੜੇ ਰੱਬ ਨੂੰ ਕੁਝ ਸਮਝਦੇ ਹੀ ਨਹੀਂ ਹੁੰਦੇ ਸੀਗੇ ਤੇ ਜਿੰਨਾ ਉਹ ਧਿਆਨ 'ਚ ਜਾਣ ਲੱਗੇ ਉਹਨਾਂ ਦੀ ਫੀਡਬੈਕ ਪਤਾ ਕੀ ਹੈ ਵੀ ਸਰ ਮੇਰੇ ਪੇਟ 'ਚ ਜਿੰਨੀ ਪ੍ਰੋਬਲਮ ਸੀਗੀਆਂ ਸਾਰੀਆਂ ਠੀਕ ਹੋ ਗਏ ਰੀਜ਼ਨ ਕੀ ਹੈ ਜਦੋਂ ਅਸੀਂ ਧਿਆਨ 'ਚ ਜਾਂਦੇ ਆ ਨਾ ਮੈਂ ਫੇਰ ਕਹਿੰਦਾ ਇੱਥੋਂ ਹੀ ਇੱਥੇ 네ਗੈਟਿਵਿਟੀ ਜਾਣੀ ਹੈ ਇੱਥੋਂ ਹੀ ਇੱਥੇ ਪੋਜ਼ਿਟਿਵਿਟੀ ਜਾਣੀ ਹੈ ਉਹੀ ਕੈਮੀਕਲਸ ਪਹਿਲਾਂ ਇਹਨੂੰ ਖਰਾਬ ਕਰ ਰਹੇ ਸੀ ਉਹੀ ਕੈਮੀਕਲ ਤੁਹਾਡੀ ਬਾਡੀ ਨੂੰ ਹੁਣ ਹੀਲ ਕਰ ਰਹੇ ਆ ਇਨੂੰ ਕਹਿੰਦੇ ਆ ਸਪਿਰਚੁਅਲ ਹੀਲਿੰਗ ਫਿਰ ਜਦੋਂ ਤੁਸੀਂ ਸਿਮਰਨ ਧਿਆਨ ਚ ਬਹਿਣਾ ਸ਼ੁਰੂ ਕਰਨਾ ਨਾ ਫਿਰ ਉਹਦੇ ਨਾਲ ਕੀ ਹੋਣਾ ਥੋਡੇ ਨਾ ਆਲਤੂ ਫਾਲਤੂ ਦੇ ਜਿਹੜੇ ਖਿਆਲ ਨੇ ਕਦੇ ਕਿਤੇ એનર્ਜੀ ਵੇਸਟ ਕਰਦੀ ਕਦੇ ਕਿਤੇ ਕਦੇ ਕਿਤੇ ਕਰਦੀ ਉਹ ਚੀਜ਼ਾਂ ਹੋਣੀਆਂ ਬੰਦ ਹੋ ਆਪਣੇ ਆਪ ਬੰਦ ਹੋ ਜਾਣੀਆਂ ਕਿਉਂਕਿ ਫਿਰ ਯੂਨੀਵਰਸ ਨੇ ਤੁਹਾਡਾ ਕੰਟਰੋਲ ਆਪਣੇ ਹੱਥ ਚ ਲੈ ਲੈਣਾ ਫਿਰ ਤੁਹਾਡਾ ਕੰਟਰੋਲ ਤੁਹਾਡੇ ਚ ਨਹੀਂ ਰਹਿਣਾ ਹੈਗਾ ਹੁਣ ਦੇਖੋ ਆਪਾਂ ਜਿੰਨਾ ਮੈਡੀਟੇਸ਼ਨ ਚ ਉਤਰਾਂਗੇ ਨਾ ਉਨੇ ਹੰਝੂ ਆਉਂਦੇ ਆ ਇਹਨੂੰ ਅਸੀਂ ਵਿਰਾਗ ਕਹਿੰਦੇ ਆ ਅਸਲ ਚ ਧਾਰਮਿਕ ਰੂਪ ਦੇ ਵਿੱਚ ਪਰ ਦੂਸਰੇ ਜੇ ਆਪਾਂ ਤੁਹਾਨੂੰ ਵੈਸਟਰਨ ਵਰਲਡ ਦੇ ਤਰੀਕਿਆਂ ਨਾਲ ਇਸ ਲਈ ਸਮਝਾ ਰਹੇ ਆ ਕਿਉਂਕਿ ਲੋਕਾਂ ਨੂੰ ਨਾ ਇੰਗਲਿਸ਼ ਵਰਡ ਸੁਣ ਕੇ ਜ਼ਿਆਦਾ ਮਜ਼ਾ ਆਉਂਦਾ ਉਹ ਕਹਿੰਦੇ ਪੁਰਾਣੇ ਹੋਗੇ ਪੰਜਾਬੀ ਸ਼ਬਦ ਨਾ ਯੂਜ਼ ਕਰੋ ਇਹਦੇ ਵਿੱਚ ਇੱਕ ਹੁੰਦੀ ਹੈ ਇੱਕ ਸ਼ਬਦ ਆਉਂਦਾ ਹੈ ਗ੍ਰੈਟੀਟਿਊਡ gratitude ਬੜਾ ਤੁਸੀਂ ਅੱਜ ਕੱਲ ਸੁਣਦੇ ਹੋਣੇ ਟੈਰੋ ਕਾਰਡ ਰੀਡਰਸ ਦੱਸਦੇ ਆ ਯੂਨੀਵਰਸ ਦਾ ਗ੍ਰੈਟੀਟਿਊਡ ਕਰੋ ਫਿਰ ਵੈਸਟਰਨ ਵਰਲਡ ਦੇ ਵਿੱਚ ਹਰ ਕੋਈ ਥੈਂਕ ਯੂ ਥੈਂਕ ਯੂ ਲਾਰਡ ਥੈਂਕ ਯੂ ਦਿਸ ਥੈਂਕ ਯੂ ਗਾਡ ਓ ਭਾਈ ਗ੍ਰੈਟੀਟਿਊਡ ਸ਼ੁਕਰਾਨਾ ਤਾਂ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਜੀ ਪੂਰੀ ਅਸ਼ਟਪਦੀ ਲਿਖਤੀ ਉਹ ਕੀ ਆਹੋ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਵੀ ਸੋਨੇ ਗੱਦੇ ਤੇ ਸੌਣਾ ਰੱਬ ਦਾ ਸ਼ੁਕਰੀਆ ਕਦੇ ਕਦੇ ਮੰਨਾ ਤੂੰ ਉਹਦਾ ਜੇ ਪ੍ਰਸਾਦ ਪੀਵੇ ਸੀਤਲ ਜਲਾ ਤੂੰ ਠੰਡਾ ਪਾਣੀ ਪਿੰਨਾ ਠੰਡੀ ਹਵਾ ਦਾ ਅਨੰਦ ਮਾਣਲਾ ਕਦੇ ਸ਼ੁਕਰਾਨਾ ਕਰਿਆ ਉਹਦਾ ਜੇ ਪ੍ਰਸਾਦ ਆ ਭੁਖਣ ਪਹਿਰੀ ਜੇ ਸੋਹਣੇ ਸੋਹਣੇ ਮੁੰਦੀਆਂ ਹੀਰੇ ਦੀਆਂ ਪਾਉਣਾ ਸੋਹਣੇ ਸੈੱਟ ਪਾਉਣਾ ਚੈਨੀ ਰੱਖੀ ਹੋਈ ਆ ਘਰੇ ਸੋਹਣੇ ਦੇ ਬਿਸਕੁਟ ਰੱਖੇ ਆ ਘਰੇ ਕਦੇ ਉਹਦਾ ਸ਼ੁ크ਰੀਆ ਦਾ ਕਰਿਆ ਨਹੀਂ ਕਦੇ ਨਹੀਂ ਕਰਦੇ ਕਿਉਂਕਿ ਤੁਹਾਨੂੰ ਇਹ ਲੱਗਦਾ ਸ਼ਾਇਦ ਵੀ ਤੁਸੀਂ ਮਿਹਨਤ ਕਰੀਏ ਤੇ ਕਮਾ ਲੇ ਪਰ ਗੁਰੂ ਦੀ ਫਿਲਾਸਫੀ ਅਸਲ ਚ ਨਾ ਤੁਹਾਨੂੰ ਗੁਰਬਾਣੀ ਜਿਹੜੀ ਸਮਝਣੀ ਆ ਨਾ ਉਹ ਗੁਰੂ ਦੇ ਕੌਨਸ਼ੀਅਸ ਮਾਈਂਡ ਤੋਂ ਸਮਝਣੀ ਪੈਣੀ ਆ ਵੀ ਉਸ ਟਾਈਮ ਗੁਰੂ ਸਾਹਿਬ ਨੇ ਇਹ ਕਿਉਂ ਗੱਲ ਕਹੀ ਸੀ ਕੀ ਚੱਕਰ ਹੈ ਇਹ ਤੁਸੀਂ ਉਹਨੂੰ ਸਮਝਦੇ ਆ ਆਪਣੇ ਕੌਨਸ਼ੀਅਸ ਮਾਈਂਡ ਦੇ ਹਿਸਾਬ ਨਾਲ ਜਿਹੜੇ ਸਰਕਮਸਟੈਂਸਸ ਤੁਸੀਂ ਹੈਗੇ ਹੋ ਹੁਣ ਇੱਕ ਹੋਰ ਗੱਲ ਸੁਣੋ ਅਗੇ ਇਹ ਇਹ ਸਪਿਰਚੁਅਲ ਲੈਸਨ ਹੁਣ ਆਪਾਂ ਨਾਲ ਚੱਲਦਾ 15-20 ਮਿੰਟ ਆਪਾਂ ਇੱਥੇ ਗੱਲ ਕਰਾਂਗੇ ਹੁਣ 10 ਵਸਤੂ ਲੈ ਪਾਛੇ ਪਾਵੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਦੇ ਕਿੰਨਾ ਕਰਤਕਾਣ ਬੰਦਾ ਹੈ ਵੀ ਬੰਦਾ ਹਮੇਸ਼ਾ ਆਪਣਾ ਮੂਡ ਦੇਖ ਕੇ ਮਿੱਠਾ ਹੁੰਦਾ ਕੌੜਾ ਹੁੰਦਾ 10 ਵਸਤੂ ਲੈ ਪਾਛੇ ਪਾਵੇ 10 ਚੀਜ਼ਾਂ ਲੈਣੀਆਂ ਕੋਠੀ ਗੱਡੀ ਕਾ ਪੈਸਾ ਜ਼ਮੀਨ ਜਾਇਦਾਦ ਘਰ ਵਾਲੀ ਪਰਿਵਾਰ ਬੱਚਾ ਸਭ ਕੁਝ ਮਿਲ ਗਿਆ ਇੱਕ ਬਸਤੂ ਕਾਰਨ ਵਿਖੋਟ ਗਵਾਵੇ ਕੋਈ ਇੱਕ ਚੀਜ਼ ਰਹਿ ਜਾਵੇ ਉਹੜੀਆਂ 10 ਲਈਆਂ ਹੋਈਆਂ ਸੀ ਨਾ ਉਹ ਤਾਂ ਸ਼ੁਕਰਾਨਾ ਤਾਂ ਥੈਂਕਸਾ ਕੀ ਕਰਨਾ ਜਿਹੜੀ ਇੱਕ ਰਹਿ ਗਈ ਉਹਦੇ ਲਈ ਮੇਨੇ ਮਾਰਨ ਲੱਗ ਜਣੀ ਆ ਵੀ ਰੱਬ ਨੇ ਕੁਛ ਕਰਦਾ ਮੈਂ ਬਥੇਰੇ ਪਾਠ ਕਰਕੇ ਦੇਖ ਲੈ ਬਥੇਰੇ ਮੈਂ ਸੁੱਖਾਂ ਸੁਖ ਲੀਆਂ ਬਥੇਰੇ ਮੱਥੇ ਟੇਕਲੇ ਕੁਛ ਨਹੀਂ ਹੁੰਦਾ ਹੈਗਾ 10 ਬਸਤੂ ਲੈ ਪਾਛੇ ਪਾਵੇ 1 ਬਸਤ ਕਾਰਨ ਵਿਖੋਟ ਕਵਾਵੇ 1 ਵੀ ਨਾ ਦੇ ਜੇ ਰੱਬ ਉਹ ਇੱਕ ਨਹੀਂ ਦਿੰਦਾ 1 ਵੀ ਨਾ ਦੇ 10 ਵੀ ਹਿਰ ਲੈ ਉਹ 10 ਵੀ ਵਾਪਸ ਲੈ ਲਵੇ ਤੁਹਾਡੇ ਤੋਂ ਫਿਰ ਮੂੜਾ ਕਹਾ ਕਰੇ ਫਿਰ ਤੂੰ ਕੀ ਕਰ ਲੇਗਾ ਕਹਿੰਦੇ 10 ਤੇਰੀ ਔਕਾਤ ਕੀ ਹੈ ਸੋ ਗ੍ਰੈਟੀਟਿਊਡ ਤੁਹਾਡੀ ਲਾਈਫ ਚ ਬਹੁਤ ਜ਼ਰੂਰੀ ਹੈ ਸਵੇਰੇ ਉੱਠਦੇ ਸਾਰੇ ਵਾਹਿਗੁਰੂ ਤੇਰਾ ਸ਼ੁਕਰ ਹੈ ਕਿਉਂ ਕਹਿਣਾ ਕਿਉਂਕਿ ਮੈਂ ਜਾਗ ਗਿਆ ਮੇਰੀ ਅੱਖਾਂ ਖੁੱਲ ਗਈਆਂ ਮੈਨੂੰ ਇੱਕ ਦਿਨ ਹੋਰ ਮਿਲ ਗਿਆ ਉਹਦਾ ਧਿਆਨ ਕਰਨ ਲਈ ਮੁੱਕ ਤਾਂ ਭਾਵੇਂ ਹੋਣੀ ਸਾਰਾ ਕੁਝ ਜਾਵੇ ਜਿਉਂ ਚਾਵੇ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਵਾਰ ਪਾਸਾਰਿਓ ਦਾ ਮਤਲਬ ਹੈ ਕਈ ਵਾਰ ਜਿੰਨੀ ਧਰਤੀ ਤੇ ਜਨਸੰਖਿਆ ਦੇਖ ਰਹੇ ਹੋ ਇਹ ਕਈ ਵਾਰੀ ਬਣ ਕੇ ਕਈ ਵਾਰੀ ਉਹਨੇ ਖਤਮ ਕਰਤੀ ਕਹਿੰਦੇ ਪਾਵਰ ਸਮਝਾ ਰਿਹਾ ਤੁਹਾਨੂੰ ਮੈਂ ਫਿਰ ਉਹ ਹਮੇਸ਼ਾ ਇੱਕ ਸੀਗਾ ਸਾਡੇ ਤੋਂ ਪਹਿਲਾਂ ਵੀ ਸੀਗਾ ਅਸੀਂ ਹੈਗੇ ਹੁਣ ਵੀ ਹੈਗੇ ਕੱਲੂ ਅਸੀਂ ਨਹੀਂ ਰਵਾਂਗੇ ਉਹਨੇ ਫੇਰ ਵੀ ਰਹਿਣਾ